ਏਦਾਂ ਸੀਗੀ ਗੱਲ ਕਿ ਸਰਤਾਜ ਚ ਭਾਜੀ ਆਏ ਹੋਏ ਸੀਗੇ ਐਲਪੀਯੂ, ਤੇ ਅਸੀਂ ਉੱਥੇ ਗਏ ਸੀਗੇ ਪਰਫਾਰਮ, ਮਤਲਬ ਪਰਫਾਰਮ ਨਹੀਂ ਕਰਨਾ ਸੀਗਾ, ਦੇਖਣ ਹੀ ਗਏ ਸੀਗੇ ਕਾਨਸਰਟ, ਤੇ ਭਾਈ ਦੀ ਵਾਈ ਵੀ ਇਹੋ ਜਿਹੀ ਸੀਗੀ ਕਿ ਆਪਣਾ ਵੀ ਪੈਰ ਰੁਕ ਨਹੀਂ ਰਹੇ ਸੀਗੇ। ਅੱਗੇ ਆ ਜਾ ਮੁੰਡਿਓ, ਇਹ ਤੂੰ ਲਵਲੀ ਚ ਵੀ ਆਇਆ ਸੀ ਮੈਨੂੰ ਲੱਗਦਾ, ਪਛਾਣ ਲਿਆ ਮੈਂ, ਇੱਧਰ ਆ ਜਾ। ਲਾਈਕ ਸਰਤਾਜ ਭਾਈ ਨੇ ਜਿਹੜੇ ਉੱਥੇ ਪਰਫਾਰਮ ਕਰ ਰਹੇ ਸੀ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਸਟੈਪ ਕਰੋ, ਬਟ ਉਹਨਾਂ ਨੂੰ ਸਟੈਪ ਦਾ ਸਮਝ ਨਹੀਂ ਲੱਗੀ ਜਾਂ ਉਹਨਾਂ ਨੂੰ ਨਹੀਂ ਆਉਂਦਾ ਸੀ ਇਸ ਚੀਜ਼ ਦਾ, ਮੈਂ ਕਨਫਰਮ ਨਹੀਂ ਆ। ਤੇ ਸਰਤਾਜ ਭਾਈ ਨੇ ਮੇਰੇ ਵੱਲ ਦੇਖਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਟੀਮ ਦੇ ਨਾਲ ਆ, ਤੇ ਮੈਂ ਕਹਿੰਦੀ ਮੈਂ ਟੀਮ ਦੇ ਨਾਲ ਨਹੀਂ ਆ। ਕਹਿੰਦੇ ਤੂੰ ਉੱਪਰ ਆ ਜਾ। ਦੂਰੋਂ ਉਹਨਾਂ ਨੇ ਭਾਈ ਨੂੰ ਮੈਨੂੰ ਪਛਾਣਿਆ ਕਿ ਯਾਰ ਤੂੰ ਐਲਪੀਯੂ ਵੀ ਆਇਆ ਸੀਗਾ, ਤੂੰ ਅੱਗੇ ਆ ਸਾਡੇ ਕੋਲ, ਤੂੰ ਪਿੱਛੇ ਨਹੀਂ ਰਹਿਣਾ, ਤੂੰ ਅੱਗੇ ਆ ਕੇ ਭੰਗੜਾ ਪਾ। ਪੁਲਿਸ ਮਹਿਕਮਾ ਸਾਰਾ ਸੀਗਾ ਐਂਡ ਸਿਰਫ ਭੰਗੜਾ ਪਾਉਣ ਦੀ ਦੇਰ ਸੀ, ਸਾਰਿਆਂ ਨੇ ਉੱਥੇ ਭੰਗੜਾ ਪਾਇਆ, ਲਾਈਕ ਕੋਈ ਵੀ ਪੁਲਿਸ ਵਾਲੇ ਜਿਹੜੇ ਵੀ ਸੀਗੇ ਸਾਰਿਆਂ ਨੇ। ਮੈਂ ਜਿਮਖਾਨਾ ਕਲੱਬ ਕਲਾਸਿਸ ਦੇ ਰਿਹਾ ਜਲੰਧਰ, ਜਿਮਖਾਨਾ ਕਲੱਬ ਐਂਡ ਜਲੰਧਰ ਹਾਈਟ 'ਚ ਮੇਰਾ ਖੁਦ ਦਾ ਸਟੂਡੀਓ ਹੈ ਜਿਹੜਾ ਕਿ ਯੋਗਸ਼ਾਲਾ ਨਾਮ ਹੈ ਸਟੂਡੀਓ ਦਾ। ਅੱਜ ਦੀ ਡੇਟ 'ਤੇ ਸਿੰਪਲ ਫੋਨ ਸਭ ਤੋਂ ਵੱਡੀ ਮਾੜੀ ਚੀਜ਼ ਹੈ, ਜੋ ਕਿ ਸਿੰਪਲ ਆਪਾਂ ਫੋਨ ਚਲਾਉਂਦੇ ਹਾਂ ਰਾਤੀ, ਆਪਣੀ ਪੇਰੈਂਟਸ ਆਪਣਾ ਫੋਨ ਚਲਾ ਰਹੇ ਆ, ਬੱਚੇ ਆਪਣਾ ਫੋਨ ਚਲਾ ਰਹੇ ਆ, ਉਹਨਾਂ ਨੂੰ ਫੈਮਿਲੀ ਅਟਰੈਕਸ਼ਨ ਨਹੀਂ ਹੋ ਰਹੀ। ਤੁਹਾਡੀ ਨਾ ਵੀਡੀਓ ਬਹੁਤ ਵਾਇਰਲ ਹੋਈ ਸੀਗੀ, ਜਿਸ ਦੇ ਵਿੱਚ ਕਿ ਸਤਿੰਦਰ ਸਰਤਾਜ ਦੇ ਵੱਲੋਂ ਤੁਹਾਨੂੰ ਉਹਨਾਂ ਦਾ ਕਾਨਸਰਟ ਸੀ ਤੇ ਉਹਨਾਂ ਨੇ ਤੁਹਾਨੂੰ ਸਟੇਜ ਤੇ ਬੁਲਾਇਆ ਸੀ, ਜਿੱਥੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਤੁਹਾਨੂੰ ਐਲਪੀਯੂ ਦੇ ਵਿੱਚ ਵੀ ਪਰਫਾਰਮ ਕਰਦੇ ਹੋਏ ਦੇਖਿਆ, ਤਾਂ ਉਹਨਾਂ ਨੇ ਤੁਹਾਨੂੰ ਪਛਾਣਿਆ ਕਿਵੇਂ? ਜੀ ਏਦਾਂ ਸੀਗੀ ਗੱਲ ਕਿ ਸਰਤਾਜ ਭਾਜੀ ਆਏ ਹੋਏ ਸੀਗੇ ਐਲਪੀਯੂ, ਤੇ ਅਸੀਂ ਉੱਥੇ ਗਏ ਸੀਗੇ ਪਰਫਾਰਮ, ਮਤਲਬ ਪਰਫਾਰਮ ਨਹੀਂ ਕਰਨਾ ਸੀਗਾ, ਦੇਖਣ ਹੀ ਗਏ ਸੀਗੇ ਕਾਨਸਰਟ, ਤੇ ਭਾਈ ਦੀ ਵਾਈ ਵੀ ਇਹੋ ਜਿਹੀ ਸੀਗੀ ਕਿ ਆਪਣਾ ਵੀ ਪੈਰ ਰੁਕ ਨਹੀਂ ਰਹੇ ਸੀਗੇ ਭੰਗੜਾ ਪਾਉਣ ਨੂੰ। ਫਿਰ ਅਸੀਂ ਉੱਥੇ ਭੰਗੜਾ ਪਾ ਰਹੇ ਸੀਗੇ ਤੇ ਉੱਥੇ ਨਾ ਇੱਕ ਐਕਸ਼ਨ ਸੀਗਾ ਝਟਕੇ ਵਾਲਾ, ਜਿਹਨੂੰ ਆਪਾਂ ਝਟਕੇ ਵਾਲਾ ਸਟੈਪ ਕਹਿੰਦੇ ਹਾਂ, ਉਹ ਲਾਈਕ ਸਰਤਾਜ ਭਾਈ ਨੇ ਜਿਹੜੇ ਉੱਥੇ ਪਰਫਾਰਮ ਕਰ ਰਹੇ ਸੀ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਸਟੈਪ ਕਰੋ, ਬਟ ਉਹਨਾਂ ਨੂੰ ਸਟੈਪ ਦਾ ਸਮਝ ਨਹੀਂ ਲੱਗੀ ਜਾਂ ਉਹਨਾਂ ਨੂੰ ਨਹੀਂ ਆਉਂਦਾ ਸੀ ਇਸ ਚੀਜ਼ ਦਾ, ਮੈਂ ਕਨਫਰਮ ਨਹੀਂ ਆ। ਤੇ ਮੈਂ ਲਾਈਕ ਉਹ ਸੇਮ ਸੇਮ ਸਮਝ ਗਿਆ ਸੀ ਮੈਂ ਕੀਤਾ, ਤੇ ਸਰਤਾਜ ਭਾਈ ਨੇ ਮੇਰੇ ਵੱਲ ਦੇਖਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਟੀਮ ਦੇ ਨਾਲ ਆ, ਤੇ ਮੈਂ ਕਹਿੰਦੀ ਮੈਂ ਟੀਮ ਦੇ ਨਾਲ ਨਹੀਂ ਆ। ਕਹਿੰਦੇ ਤੂੰ ਉੱਪਰ ਆ ਜਾ ਮੇਰੇ, ਤੇ ਲਾਈਕ ਮੈਂ ਸਟੇਜ ਤੇ ਗਿਆ, ਮੈਂ ਪਰਫਾਰਮ ਕੀਤਾ, ਬਹੁਤ ਵਧੀਆ ਵਾਈਬ ਰਿਹਾ। ਦੈਨ ਥੋੜੇ ਕਿ ਚਿਰ ਪਹਿਲਾਂ ਵਿਕਟੋਰੀਆ ਗਾਰਡਨ ਆਏ ਸੀਗੇ ਭਾਜੀ ਹੁਣੀ, ਤੇ ਸੇਮ ਉਹੀ ਚੀਜ਼ ਭੰਗੜਾ ਪਾ ਰਹੇ ਸੀ, ਤੇ ਸਰਤਾਜ ਭਾਈ ਨੇ ਦੂਰੋਂ, ਮੈਂ ਲਾਈਕ ਦੂਰੋਂ ਉਹਨਾਂ ਨੇ ਭਾਈ ਨੂੰ ਪਛਾਣਿਆ ਕਿ ਯਾਰ ਤੂੰ ਐਲਪੀਯੂ ਵੀ ਆਇਆ ਸੀਗਾ, ਤੂੰ ਅੱਗੇ ਆ ਸਾਡੇ ਕੋਲ, ਤੂੰ ਪਿੱਛੇ ਨਹੀਂ ਰਹਿਣਾ, ਤੂੰ ਅੱਗੇ ਆ ਕੇ ਭੰਗੜਾ ਪਾ। ਐਂਡ ਜਦੋਂ ਉੱਥੇ ਆਪਾਂ ਭੰਗੜਾ ਪਾਇਆ, ਉੱਥੇ ਲਾਈਕ ਸਾਰੇ DIG ਭਾਜੀ ਸਾਰੇ ਆਏ ਸੀਗੇ, ਪੁਲਿਸ ਮਤਲਬ ਪੁਲਿਸ ਮਹਿਕਮਾ ਸਾਰਾ ਸੀਗਾ, ਐਂਡ ਸਿਰਫ ਭੰਗੜਾ ਪਾਉਣ ਦੀ ਦੇਰ ਸੀ।